कुड़ी ने आके मैं कहा माफी मंगे कुड़ी जिन्हें किन्ने लाने दस दिन अपने की गल कुड़ी की गल मैं बाहर से बैठू धरना ला के कहो तुम किन्ने लेने ला वाहगुरु जी का खालसा वाहगुरु जी की फतेह। वीडियो तुसी जिहड़ी सानू मैं अगे दिखाउण लई जा रहा यह पंजाब दे विच हो रही वड्डी लुट किस तरह जिहड़े एजेंट लोकां नू भोले भाले नू बेवकूफ बना के दस दस पंद्रह पंद्रह लाख की ठगी मार रहे ने। पंजाब दे विच अनेक ही ठग बैठे ने। यह जिहड़ी मैं तुहाडे नाल गल कर लई जा रहा यह ठग हैगा 3B2 दे विच जिहड़ा कि वड्डी ठगी मार रहा है। पुलिस प्रशासन की करती है देखो जी एड्डी बड़ी ठगी लेंदे ने पैसे का सारा प्रशासन नाल गवर्नमेंट नाल तालमेल बना के ही एड्डी बड़ी ठगी मारदे ने। अनेक जिहड़े बंदे ने जिन्हां दे नाल ठगी वजदी है मैं सरकार नूं कहना चाहुंदा वी इहदे उपर कारवाई करो। असीं जिहड़ा 4.5 लाख का चैक माड़ा चैक दिखाई भाई चैक कित्थे आ 4.5 लाख का जिहड़ा असीं चैक आ जिहड़ी ठगी मारी सीगी ਉਹ 4.5 ਲੱਖ ਰੁਪਏ ਅਸੀਂ ਵਾਪਸ ਕਰਾ ਕੇ ਲਿਆ ਚੈੱਕ ਤੁਹਾਨੂੰ ਵਿੱਚ ਵੀ ਵੀਡੀਓ ਦਿਖਾ ਦਾਂਗੇ ਫੋਟੋ ਹੈਗੀ ਵਿੱਚ ਹੈਗੀ ਆ ਉਹ ਅਸੀਂ ਕਿਸੇ ਗਰੀਬ ਦਾ ਵਾਪਸ ਕਰਾ ਕੇ ਲੈ ਕੇ ਆਏ ਆ 8 ਲੱਖ ਦੀ ਠੱਗੀ ਵਾਲੀ ਇੱਕ ਹੋਰ ਵੀਡੀਓ ਤੁਹਾਡੇ ਸਾਹਮਣੇ ਅਸੀਂ ਵਿੱਚ ਤਲਾ ਰੱਖਿਆ ਇਹਨਾਂ ਨੇ 8 ਲੱਖ ਦੀ ਠੱਗੀ ਮਾਰੀ ਹੋਈ ਹੈ ਇੱਕ ਹੋਰ ਜਿਹੜੇ ਬੜੇ ਠੱਗ ਨੇਗੇ। ਇਸ ਕਰਕੇ ਮੈਂ ਇਹੀ ਗੱਲ ਤੁਹਾਨੂੰ ਕਹਿਣਾ ਚਾਹੁੰਦਾ ਵੀ ਇਹ ਠੱਗਾਂ ਤੋਂ ਬਚ ਕੇ ਰਹੋ ਤੇ ਸਰਕਾਰ ਨੂੰ ਮੈਂ ਜਿਹੜੀ ਅਪੀਲ ਕਰਦਾ ਵੀ ਇਹ ਜਿਹੜੇ ਠੱਗਾਂ ਤੋਂ ਪੰਜਾਬ ਦੇ ਨੂੰ ਬਚਾਓ ਤੇ ਪੰਜਾਬ ਦੇ ਲੋਕ ਇਸ ਜਿਹੜਾ ਠੱਗ ਤੋਂ ਬਚਣ। ਆਹ ਜਿਹੜੀ ਬਾਈ ਸਾਰੀ ਕਿਸ ਤਰ੍ਹਾਂ ਇਹ ਬੰਦੇ ਨੇ ਬਾਊਂਸਰ ਰੱਖੇ ਹੋਏ ਨੇ ਕਿਸ ਤਰ੍ਹਾਂ ਇਹ ਬੰਦੇ ਨੇ ਸਕਿਉਰਿਟੀ ਰੱਖੀ ਹੋਈ ਹੈ ਕਿਸ ਤਰ੍ਹਾਂ ਇਹ ਜਿਹੜਾ ਕੁੜੀਆਂ ਦੇ ਉੱਪਰੋਂ ਉੱਥੇ ਅਸਲਾ ਲਈ ਬੈਠਾ ਕਿਸ ਤਰ੍ਹਾਂ ਇਹ ਬੰਦਾ ਕੁੜੀਆਂ ਦੇ ਝੂਠੀਆਂ ਵੀਡੀਓ ਬਣਵਾਉਂਦਾ ਵੀ ਸਾਡਾ 500 ਰੁਪਏ ਦੇ ਕੇ ਜਿਹੜੀ ਮੈਂ ਸੁੱਟਣਾ ਉਹ ਵੀ ਗੱਲ ਕਰੀ ਹੈ ਵੀ 500 ਰੁਪਏ ਦੇ ਕੇ ਕੁੜੀਆਂ ਵੀਡੀਓ ਬਣਾਉਂਦਾ ਸਾਡਾ ਵੀਜ਼ਾ ਲੱਗ ਗਿਆ ਬੱਚਿਆਂ ਦਾ ਵੀਡੀਓ ਬਣਵਾਉਂਦਾ ਇਸ ਤਰ੍ਹਾਂ ਦਾ ਜਿਹੜਾ ਠੱਗੀ ਦਾ ਇਹਨੇ ਪੂਰਾ ਵੱਡਾ ਵਪਾਰ ਪੰਜਾਬ ਦੇ ਵਿੱਚ ਲਾਇਆ। ਹਾਂ ਜਿਹੜੀ ਮੈਂ ਦੱਸਣੀ ਵੀ ਗੱਲ ਆਉਂਦਾ ਵੀ ਅਸੀਂ ਮਿਹਨਤਾਂ ਦੇ ਖੂਨ ਪਸੀਨੇ ਦੇ ਪੈਸੇ ਚੱਪ ਜਿਹੜੇ ਪਿੰਡਾਂ ਵਾਲੇ ਲੋਕ ਅਸੀਂ ਇਕੱਠੇ ਕਰਕੇ ਲੈ ਕੇ ਆਉਣੇ ਹਰ ਇੱਕ ਬੰਦਾ ਕੋਈ ਵੀ ਹੈ ਆਪਦਾ ਪੈਸੇ ਇਕੱਠੇ ਕਰਕੇ ਲਾਉਣਾ ਵੀ ਸਾਡਾ ਕੋਈ ਬੱਚਾ ਰੋਟੀ ਲੱਗ ਜੇ ਪਰ ਇਹਨਾਂ ਨੇ ਠੱਗੀ ਦਾ ਬਣਜ ਬਣਾ ਛੱਡਿਆ ਯਾਰ ਬਹੁਤ ਵੱਡੇ ਦਾ ਠੱਗੀ ਦਾ ਬਣਜ ਬਣਾ ਛੱਡਿਆ ਬਾਈ ਜੀ ਭਾਨੇ ਆਪਾਂ 100-100 ਰੁਪਇਆ ਦੇਖਦੇ ਘਰੇ ਕਿੱਥੋਂ ਆਏ ਕਿੱਥੇ ਲੱਗਾ ਇਹਦਾ ਜਿਹੜਾ ਮਾਲਕ ਨੂੰ ਆਏ ਨਹੀਂ ਪਤਾ ਇਹਦੇ ਕਦੋਂ ਕਿੰਨੇ ਪੈਸੇ ਆਏ ਕਹਿੰਦਾ ਦੂਜੇ ਦੱਸੋ ਬਾਊਂਸਰ ਕਿਹੜੀਆਂ ਚੀਜ਼ਾਂ ਕਿਹੜਾ ਕੁਛ ਨਹੀਂ ਇੱਥੇ ਰੱਖੀ ਫਿਰਦੇ ਆ ਬਸਤੌਲ ਵੱਡੇ ਵੱਡੇ ਐ ਡਰਾਉਂਦੇ ਨੇਗੇ ਮੈਨੂੰ ਆ ਮੈਂ ਕਿਹਾ ਜਿਹੜਾ ਇੱਥੇ ਜੋ ਪੁਲਿਸ ਸੱਦ ਲਈ ਪੁਲਿਸ ਵਾਲਾ ਥਾਣੇ ਨਾਲ ਕਮਿਸ਼ਨ ਕਰਿਆ ਹੋਇਆ ਪੁਲਿਸ ਸੱਦ ਇਹ ਸ਼ਰੇਆਮ ਗੱਲ ਗੌਰਵ ਨੇ ਮੈਨੂੰ ਸੁਭਾਸ਼ ਨੇ ਮੈਨੂੰ ਕਹੀ ਆ ਕਹਿੰਦਾ ਸਾਡਾ ਕਹਿੰਦਾ ਪੁਲਿਸ ਵਾਲਿਆਂ ਨਾਲ ਹੁੰਦਾ ਉਡਾਣ ਵਾਲੇ ਚੱਕਰ ਪਿਆ ਸੀ ਕਹਿੰਦਾ ਸਾਡਾ ਕਹਿੰਦਾ ਸਾਰਿਆਂ ਨਾਲ ਰਲ ਮਿਲ ਕੇ ਹੁੰਦਾ ਪੁਲਿਸ ਵਾਲਿਆਂ ਨਾਲ ਮੀਡੀਆ ਦੇ ਨਾਲ ਵੀ ਦੱਸਿਆ ਮੇਰੀ ਗੱਲ ਸੁਣ ਲੈ ਵੀਰੇ ਹਾਂਜੀ ਗੱਲ ਇਹ ਹੈ ਪਰ ਤੁਹਾਡੇ ਲੋਕਾਂ 'ਚ ਕਮੀ ਪਤਾ ਕੀ ਹੈ ਕਮੀ ਇਹ ਹੈ ਮੈਂ ਸਾਫ ਗੱਲ ਦੱਸਦਾ ਅਸੀਂ ਅੱਜ ਪੰਜਾਬ ਲਈ ਅਸੀਂ ਕੱਲ ਤੁਰੇ ਫਿਰਦੇ ਆ ਕਿਤੇ ਵੀ ਸਾਡਾ ਅੰਦੋਲਨ ਦਾ ਪ੍ਰੋਟੈਸਟ ਹੁੰਦਾ ਤੁਸੀਂ ਲੋਕ ਉੱਥੇ ਨਹੀਂ ਪਹੁੰਚਦੇ ਮੈਂ ਗੱਲ ਦੱਸਦਾ ਹਾਂਜੀ ਹਾਂ ਬਾਈ ਇੱਧਰ ਹੋ ਜਾ ਬਰਾਬਰ ਉਹ ਦੁੱਖ ਹੁੰਦਾ ਵੀ ਉਹਨਾਂ ਲੋਕਾਂ ਨੇ ਅਸੀਂ ਕਿਉਂ ਸਪੋਰਟ ਕਰੀਏ ਜਦੋਂ ਕਿ ਪੰਜਾਬ ਦੀ ਗੱਲ ਹੁੰਦੀ ਉੱਥੇ ਕਿਉਂ ਨਹੀਂ ਪਹੁੰਚਦੇ ਵੀਰਾ ਦੇ 8 ਲੱਖ ਦੀ ਠੱਗੀ ਵੱਜੀ ਹੈ ਮੇਰੀ ਗੱਲ ਸੁਣ ਧਿਆਨ ਨਾਲ ਮੇਰੀ ਗੱਲ ਸੁਣ ਜਦੋਂ ਤੁਸੀਂ ਕਿਸੇ ਜਥੇਬੰਦੀ ਨਾਲ ਕਿਸੇ ਸੰਘਰਸ਼ ਨਾਲ ਜੁੜਦੇ ਹੋ ਤੁਹਾਡਾ ਲੋਕ ਆਮ ਹੀ ਲੋਕ ਆਏ ਖੜਦੇ ਹੁਣ ਇਹ ਨੌਜਵਾਨ ਸਾਡੇ ਨਾਲ ਜੁੜਿਆ ਹੋਇਆ ਸੀਗਾ ਤੁਹਾਨੂੰ ਐਵੇਂ ਜੁੜਨਾ ਪੈਣਾ ਬਾਕੀ ਹਰ ਇੱਕ ਬੰਦਾ ਕਹਿੰਦਾ ਵੀ ਯਾਰ ਮੈਂ ਕੀ ਲੈਣਾ ਜਦੋਂ ਬੰਦਾ ਕਹਿੰਦਾ ਇਹਨਾਂ ਨਾਲ ਤੂੰ ਟਾਈਮਿੰਗ ਬੰਨ ਲੈ ਤੂੰ ਅੱਜ ਟਾਈਮਿੰਗ ਲੈ ਲੈ ਵੀ ਇਹਨੇ ਮੇਰੀ ਗੱਲ ਸੁਣ ਲਾ ਇਹਨਾਂ ਤੋਂ ਲੋੜ ਹੀ ਨਹੀਂ ਭਾਵੇਂ ਨਾ ਹੀ ਲੈ ਦੇ ਵੀ ਉਹ ਆਉਣਗੇ ਇਹਨੂੰ ਮੇਰੀ ਗੱਲ ਸੁਣ ਇਹਨੂੰ ਕਹਦੇ ਵੀ ਸਾਡੇ ਇੰਨੇ ਤੱਕ ਨੂੰ ਪੈਸਾ ਦਿੰਦਾ ਨਹੀਂ ਨਹੀਂ निजी हित लई नहीं वरतना ਉਹ ਤੇਰਾ ਪੈ ਤੈਨੂੰ ਵਰਤਣਾ ਪਰ ਅਸੀਂ ਇੱਕ ਗੱਲ ਕਹਿਣਾ ਹੁੰਦਾ ਜਿਹੜੇ ਬੰਦੇ ਦੀ ਸਪੋਰਟ ਕਰਦੇ ਵੀ ਸਾਡਾ ਸੰਘਰਸ਼ ਦਾ ਜੋੜੋ ਯਾਰ ਅਸੀਂ ਪੰਜਾਬ ਲਈ ਸੰਘਰਸ਼ ਕਰ ਰਹੇ ਹਾਂ ਜੀ ਮੇਰੇ ਫਾਦਰ ਸਾਹਿਬ ਤੀਜੇ ਚੌਥੇ ਦਿਨ ਉੱਥੇ ਹੁੰਦੇ ਆ ਹਾਂ8 ਲੱਖ ਚੱਲ ਕੀ ਆਇਆ
जने भाई दे तेरे अर्गे तनखा भी नहीं देके जाते माफी मंगे फिर भी ले मर्जी बैठू माफी मंगे कुड़ी माफी मंगाओ यार ऐसी नहीं हेल्प देना जरा कुड़ी साबित करे मेनू वाहेगुरु की सौ जरा आ खड़ा ये कहने सब तो 500 रुपया एक वीडियो का शूट का लेंदे ने भी एक वीडियो बना 500 रुपया देंदे ने भी साडा वीजा आ गया मेरा वीजा आ गया सारा सेंटर है लाइव चला मैं सारा जुलूस चल 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 चल।